are watching Channel Y. Channel Y, a South Asian Canadian channel. ਲੁਧਿਆਣਾ ਵਿਖੇ ਸ਼੍ਰੀ ਭੈਣੀ ਸਾਹਿਬ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਬਾਦਲ ਸਰਕਾਰ ਤੇ ਜੰਮ ਕੇ ਬਰਸਦੇ ਨਜ਼ਰ ਆਏ। ਧਰਮਸੋਤ ਨੇ ਕਿਹਾ ਕਿ ਬਾਦਲਾਂ ਨੇ ਪੰਜਾਬ ਨੂੰ ਕੰਗਾਲ ਕਰਕੇ ਛੱਡ ਦਿੱਤਾ ਸੀ ਅਤੇ ਜਿਸ ਦੀ ਭਰਪਾਈ ਲਈ ਕਾਂਗਰਸ ਲੱਗੀ ਹੋਈ ਹੈ। ਉੱਥੇ ਹੀ ਅਕਾਲੀ ਦਲ ਵੱਲੋਂ ਗਵਰਨਰ ਨੂੰ ਮਿਲਣ ਤੇ ਧਰਮਸੋਤ ਨੇ ਕਿਹਾ ਕਿ ਗਵਰਨਰ ਨੂੰ ਮਿਲਣ ਦਾ ਸਭ ਨੂੰ ਅਧਿਕਾਰ ਹੈ, ਪਰ ਅਕਾਲੀਆਂ ਨੇ ਜੋ ਕੀਤਾ ਹੈ ਉਸ ਦੀ ਸੁਣਵਾਈ ਵੀ ਨਹੀਂ ਹੋਣੀ ਚਾਹੀਦੀ। ਅੱਜ ਦਾ ਫੰਕਸ਼ਨ ਹੈ ਨਾਮਧਾਰੀ ਮਿਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਸਲਾਨਾ ਸਮਾਗਮ ਹੋ ਰਿਹਾ। ਗੱਲ ਇਹ ਹੈ ਉਹਨਾਂ ਨੂੰ ਕੋਈ ਚੱਲਦਾ ਨਹੀਂ ਥੱਲੇ, ਹਰ ਫਰੰਟ ਤੇ ਫੇਲ ਨੇ। 10 ਸਾਲ ਜੋ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ, ਪੰਜਾਬ ਦੇ ਲੋਕਾਂ ਨੂੰ ਫੇਸ ਤਾਂ ਕਰਨ। ਆਹ ਹੁਣੇ ਪਿੱਛੇ ਅੰਮ੍ਰਿਤਸਰ ਦੇ ਏਰੀਏ 'ਚ ਗਿਆ ਸੁਖਬੀਰ ਸਿੰਘ ਬਾਦਲ ਤੇ ਉਹਦਾ ਸਾਲਾ ਜਿਹੜਾ ਕੀ ਹੈ ਨਾਮ ਉਹਦਾ, ਕੀ ਕਹਿੰਦੇ ਨੇ, ਵਿਕਰਮ ਮਜੀਠੀਆ, ਕਿਸੇ ਨੇ ਬੋਲਣ ਦਿੱਤਾ? ਇਸ ਕਰਕੇ ਗਵਰਨਰ ਕੋਲ ਦਾ ਜਿਹੜਾ ਮਰਜ਼ੀ ਜਾਵੇ, ਮੈਂ ਜਾਵਾਂ, ਤੁਸੀਂ ਜਾਓ, ਸਾਰੇ ਜਾਓ, ਉਹਨਾਂ ਨੇ ਗਵਰਨਰ ਸਾਹਿਬ ਨੇ ਸਭ ਦੀ ਗੱਲ ਸੁਣਨੀ ਹੁੰਦੀ ਹੈ। ਨਾ ਐਸੀ ਗੱਲ ਨਾ ਕਦੇ ਕਾਂਗਰਸ ਨੇ ਕੀਤੀ ਹੈ, ਨਾ ਕਰੇਗੀ। ਕਾਂਗਰਸ ਪਾਰਟੀ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਔਰ ਹੁਣ ਵੀ ਅਮਨ ਨੂੰ ਪਸੰਦ ਕਰਦੀ ਹੈ, ਅਮਨ ਔਰ ਸ਼ਾਂਤੀ ਲਈ। ਇੱਥੇ ਸਾਡੇ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਬੱਚਿਆਂ ਦੇ ਖੂਨ ਦੇ ਟਿੱਕੇ ਲਾ ਕੇ ਪੰਜਾਬ ਦੇ ਨੌਜਵਾਨੀ ਨੂੰ ਅੱਗੇ ਤੋਰਿਆ, ਅੱਤਵਾਦ ਲਿਆਂਦਾ, ਆਪਣੇ ਬੱਚੇ ਅਮਰੀਕਾ ਸੁਖਬੀਰ ਬਾਦਲ ਨੇ ਉਹ ਸਾਰੇ ਅਮਰੀਕਾ ਚਲੇ ਗਏ ਸੀ, ਬਾਦਲ ਸਾਹਿਬ ਹਰਿਆਣੇ ਚਲੇ ਗਏ ਸੀ। ਉਦੋਂ ਕਾਂਗਰਸ ਪਾਰਟੀ ਦੇ ਵਰਕਰਾਂ ਨੇ 2500 ਵਰਕਰਾਂ ਨੇ ਇੱਥੇ ਸ਼ਹੀਦੀ ਦਿੱਤੀ ਹੈ ਅੱਤਵਾਦ ਨੇ, ਔਰ ਕਾਂਗਰਸ ਦੇ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ ਹੈ। ਕਾਂਗਰਸ ਪਾਰਟੀ ਲੋਕਾਂ ਲਈ ਆਪਣੀ ਸ਼ਹਾਦਤ ਦੇ ਸਕਦੀ ਹੈ ਪੰਜਾਬ ਨੂੰ। ਸੁਖਬੀਰ ਬਾਦਲ ਨੂੰ ਪੁੱਛੋ ਵੀ ਤੂੰ ਇੱਥੇ ਲੁੱਟ ਕੇ ਚਲਿਆ ਗਿਆ ਪੰਜਾਬ ਨੂੰ, 10 ਸਾਲ ਲੁੱਟਿਆ ਔਰ ਕੁੱਟਿਆ, ਕੱਖ ਇੱਥੇ ਛੱਡਿਆ ਨਹੀਂ, 2,60,000 ਕਰੋੜ ਰੁਪਏ ਦਾ ਕਰਜ਼ਾ ਛੱਡ ਗਿਆ, ਔਰ ਦੇਸ਼ ਨੂੰ ਚਲਾਉਣਾ। ਜਿਵੇਂ ਜਿਵੇਂ ਸਾਡੀ ਗੁੰਜਾਇਸ਼ ਹੋਏਗੀ, ਜਿਵੇਂ ਜਿਵੇਂ ਜੇਬ 'ਚ ਪੈਸਾ ਹੋਏਗਾ, ਉਵੇਂ ਉਵੇਂ ਸਹੂਲਤ ਹੋਏਗੀ। ਉੱਥੇ ਹੀ ਭੈਣੀ ਸਾਹਿਬ ਦੇ ਮੁਖੀ ਠਾਕੁਰ ਉਦੇ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ, ਜਿਸ ਦੇ ਤਹਿਤ 2 ਤੋਂ 2.5 ਸਾਲ ਵਿੱਚ ਲੁਧਿਆਣਾ ਦੇ ਬੁੱਢਾ ਦਰਿਆ ਨੂੰ ਸਾਫ਼ ਕੀਤਾ ਜਾਵੇਗਾ ਅਤੇ ਇਸ ਵਿੱਚ ਸਰਕਾਰ ਦੀ ਪੂਰੀ ਭੂਮਿਕਾ ਰਹੇਗੀ। ਠਾਕੁਰ ਉਦੇ ਸਿੰਘ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਮਿਲੇ ਸਨ, ਜਿਸ ਤੋਂ ਬਾਅਦ ਉਹਨਾਂ ਨੇ ਐਸਟੀਐਫ ਦਾ ਗਠਨ ਕੀਤਾ, ਜਿਸ ਦੇ ਤਹਿਤ ਮੀਟਿੰਗ ਕਰਕੇ ਜਲਦੀ ਹੀ ਬੁੱਢਾ ਦਰਿਆ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਅਜੇ ਮੀਟਿੰਗ ਹੋਈ ਹੈ, ਮੁੱਖ ਮੰਤਰੀ ਕੋਲ ਗਏ ਸੀ ਸਾਡੇ ਦਿੱਲੀ ਆਪਣੇ ਲੁਧਿਆਣੇ ਦੇ ਕੁਛ ਸੱਜਣ ਸੀ, ਉਹਨਾਂ ਨੇ ਆ ਕੇ, ਉਹਨਾਂ 'ਚੋਂ ਖਾਸ ਕਰਕੇ ਮੈਂ ਨਾਮ ਲੈਣਾ ਚਾਹਾਂਗਾ, ਜਸਵੰਤ ਸਿੰਘ ਜਾਫਰ ਸੀ, ਉਹਨਾਂ ਨੇ ਆ ਕੇ ਗੱਲ ਕੀਤੀ ਕਿ ਉਹਨੂੰ ਸਫਾਈ ਕਰਨਾ ਚਾਹੁੰਦੇ। ਮੈਂ ਵੀ ਜਾ ਕੇ ਆਇਆ ਸੀ, ਸੀ ਫਿਰ ਕਿਹਾ ਕਿ ਪ੍ਰੋਜੈਕਟ ਕਾਫੀ ਵੱਡਾ। ਫਿਰ ਅਸੀਂ ਮੁੱਖ ਮੰਤਰੀ ਸਾਹਿਬ ਕੋਲ ਗਏ ਸੀ ਕੱਲ੍ਹ, ਉਹਨਾਂ ਨੇ ਸਾਨੂੰ ਆਸ਼ਵਾਸਨ ਦਵਾਇਆ ਕਿ ਅਸੀਂ ਤੁਹਾਡੀ ਪੂਰੀ ਤਰ੍ਹਾਂ ਮਦਦ ਕਰਾਂਗੇ। ਉਹਦੇ ਲਈ ਉਹਨਾਂ ਨੇ ਕਿਹਾ ਸੀ ਕਿ ਸਪੈਸ਼ਲ ਟਾਸਕ ਫੋਰਸ ਬਣਾਵਾਂਗੇ ਤੇ ਬਣਾ ਦਿੱਤੀ ਹੋਈ, ਮੈਂ ਪੜ੍ਹਿਆ ਨਹੀਂ ਪੇਪਰ ਅੱਜ, ਤੇ ਜੇ ਅਸੀਂ ਕਿਰਪਾ ਮਾਲਕ ਨੇ ਕਰਨੀ ਹੈ, ਇਹ ਉਹਨਾਂ ਦੀ ਕਿਰਪਾ ਨਾਲ ਹੀ ਹੋਣੇ, ਉਹਨਾਂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋਣਾ, ਪਰ ਜੇ ਸਾਡੇ ਤੋਂ ਇਹ ਕਰਵਾ ਲੈਣਗੇ ਤੇ ਇਹ ਬੜੀ ਵੱਡੀ ਸਫਲਤਾ ਹੋਏਗੀ। ਇਹ ਬੜਾ ਵੱਡਾ ਪ੍ਰਦੂਸ਼ਣ ਦਾ ਕਾਰਨ ਹੈ ਔਰ ਅਸੀਂ ਸਮਝਦੇ ਹਾਂ ਕਿ ਇੱਕ ਉਦਾਹਰਣ ਬਣੇਗੀ ਦੂਸਰੀਆਂ ਸਟੇਟਾਂ ਵਾਸਤੇ। You are watching Channel Y, Channel Y, a South Asian Canadian channel.